ਮਤਲਬ ਅਮੀਰ ਗਰੀਬ ਨਾਲ ਮਤਲਬ ਕੋਈ ਫਰਕ ਨਹੀਂ ਸੀਗਾ। ਕੋਈ ਕਹਾਣੀ ਕੋਈ ਕਿੱਸਾ ਹੋਵੇ ਜਦੋਂ ਤੁਸੀਂ ਕਿੱਸਾ ਮਤਲਬ ਉਹ ਗਰੀਬਾਂ ਨਾਲ ਜ਼ਿਆਦਾ ਪਿਆਰ ਕਰਦਾ ਹੈ। ਸਾਗ ਖਾਦਾ ਤੁਹਾਡੇ ਤੋਂ ਗਿੱਲ ਸਾਹਿਬ ਦੇ ਹੱਥ ਦਾ ਸੰਦੀਪ ਨੰਗਲ ਅੰਬੀਆਂ ਨੇ ਸਾਗ ਖਾਦਾ ਹੋਵੇ। ਗਿੱਲ ਸਾਹਿਬ ਹੁੱਕਾ ਬੜਾ ਡਿਫਰੈਂਟ ਜਿਹਾ ਦਿੰਦੇ ਸਾਰਿਆਂ ਨਾਲ। ਹਾਂਜੀ ਭੈਣਾਂ ਖੁਸ਼ ਹੋ ਜਾਂਦੀਆਂ, ਭਰਾ ਖੁਸ਼ ਹੋ ਜਾਂਦੀਆਂ ਵਾ, ਹੁੱਕਾ ਲਾ ਕੇ ਸੁਣਾ ਦਿੰਦੇ ਆ। ਅੱਛਾ ਜੀ, ਹੁੱਕਾ ਲਾ ਕੇ ਸੁਣਾ ਦਿਓ ਇੱਕ ਵਾਰ। ਆ ਗਿਆ ਜੀ ਆ ਗਿਆ ਸ਼ਾਹਕੋਟ ਤੋਂ ਗਿੱਲ ਸਾਹਿਬ ਸਾਗ ਲੈ ਕੇ ਆ ਗਿਆ, ਆ ਜਾਓ ਭੈਣੋ ਮੇਰਿਓ ਭਰਾ ਸਾਗ ਲੈ ਕੇ ਆ ਗਿਆ, ਮੇਥੇ ਮੇਥੀ ਮੇਰੇ ਚਾ ਦਾਨੀਆ ਸਾਗ, ਬਜ਼ੁਰਗ ਸਾਗ ਮਾਤਾ ਜੀ ਸਾਗ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਦੋਸਤੋ ਪੰਜਾਬ ਦੇ ਵਿੱਚ ਜ਼ਿਆਦਾਤਰ ਆਪਾਂ ਪ੍ਰਵਾਸੀ ਮਜ਼ਦੂਰ ਜਿਹੜੇ ਹੁੰਦੇ ਨੇ ਉਹ ਸਬਜ਼ੀ ਵੇਚਦੇ ਦੇਖਦੇ ਹਾਂ, ਤਾਂ ਅੱਜ ਇੱਕ ਤੁਹਾਨੂੰ ਪੰਜਾਬੀ ਅੰਕਲ ਦੇ ਨਾਲ ਮਿਲਾਉਣ ਜਾ ਰਹੇ ਹਾਂ। ਸਭ ਤੋਂ ਪਹਿਲਾਂ ਤਾਂ ਅੰਕਲ ਦਾ ਮੋਟਰਸਾਈਕਲ ਦੇਖੋ, ਮੋਟਰਸਾਈਕਲ 'ਤੇ ਬਾਬਾ ਦੀਪ ਸਿੰਘ ਜੀ ਦੀ ਫੋਟੋ ਬਣਾਈ ਹੋਈ ਹੈ ਅਤੇ ਨਾਲ ਫੈਨ ਨੰਗਲ ਅੰਬੀਆਂ ਦਾ। ਤਾਂ ਕਬੱਡੀ ਦਾ ਜਿਹੜਾ ਗਲੇਡੀਏਟਰ ਖਵਾਉਣ ਵਾਲਾ ਸੰਦੀਪ ਨੰਗਲ ਅੰਬੀਆਂ ਅੰਕਲ ਉਹਦਾ ਫੈਨ ਹੈ, ਤਾਂ ਅੰਕਲ ਦੇ ਨਾਲ ਗੱਲਬਾਤ ਵੀ ਕਰਦੇ ਹਾਂ। ਸਤਿ ਸ਼੍ਰੀ ਅਕਾਲ ਅੰਕਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ? ਠੀਕ ਠਾਕ ਹੋ? ਠੀਕ ਠਾਕ ਹੋ ਜੀ। ਅੱਛਾ, ਆਹ ਸੰਦੀਪ ਨੰਗਲ ਅੰਬੀਆਂ ਦੇ ਫੈਨ ਹੋ ਜੀ ਤੁਸੀਂ? ਬਿਲਕੁਲ, ਬਹੁਤ ਜ਼ਿਆਦਾ ਫੈਨ ਹਾਂ। ਅੱਛਾ ਅੱਛਾ ਜੀ, ਕਿਹੜਾ ਪਿੰਡ ਤੁਹਾਡਾ? ਉਹਦੇ ਨਾਲ ਹੀ ਲਾਗੇ ਕੰਨੀਆਂ ਕਲਾਂ। ਅੱਛਾ ਅੱਛਾ, ਸ਼ਾਹਕੋਟ ਏਰੀਆ ਹੈ ਨਾ? ਸ਼ਾਹਕੋਟ ਏਰੀਆ ਜੀ। ਅੱਛਾ ਅੱਛਾ, ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇਹ ਕੰਮ ਕਰਦਿਆਂ ਨੂੰ ਜੀ? ਇਹ ਘੱਟ ਤੋਂ ਘੱਟ 8 ਸਾਲ ਹੋ ਗਏ ਜੀ। ਅੱਛਾ, ਇਹ ਹੋਕਾ ਬੜਾ ਵਧੀਆ ਦਿੰਦੇ ਆ ਤੁਸੀਂ, ਮੈਂ ਤੁਹਾਨੂੰ ਦੇਖ ਕੇ ਹੈ ਨਾ ਤਾਂ ਹੀ ਤੁਹਾਡੀ ਵੀਡੀਓ ਬਣਾਉਣ ਲੱਗਾ ਹੈ ਨਾ। ਹਾਂਜੀ, ਹੋਕਾ ਇੱਕ ਵਾਰ ਦੇ ਕੇ ਜ਼ਰੂਰ, ਸਾਡੇ ਜਿਹੜੇ ਵੀਰ ਭਰਾ ਦੇਖਦੇ ਨੇ ਹਲੇ ਥੋੜ੍ਹੇ ਜੁੜ ਰਹੇ ਨੇ, ਹੌਲੀ ਹੌਲੀ ਜਿੰਨੇ ਕੁ ਵੀਰ ਭਰਾ ਜੁੜਦੇ ਆ ਉਹਨਾਂ ਨੂੰ ਹੋਕਾ ਦੇ ਕੇ ਜ਼ਰੂਰ ਦਿਖਾਇਓ। ਤਾਂ ਇੱਕ ਵਾਰ ਤੁਹਾਨੂੰ ਦੱਸ ਦਈਏ, ਜਿਹੜੇ ਦੋਸਤੋ ਪੰਜਾਬੀ ਭਰਾ ਆ ਇਹਨਾਂ ਦਾ ਸਾਥ ਜ਼ਰੂਰ ਦਿਆ ਕਰੋ, ਕਿਉਂਕਿ ਆਪਣੇ ਪ੍ਰਵਾਸੀ ਵੀਰ ਆ ਕੇ ਇੱਥੇ ਮਜ਼ਦੂਰੀ ਕਰਦੇ ਨੇ ਜਾਂ ਸਬਜ਼ੀ ਵੇਚਦੇ ਨੇ, ਉਹਨਾਂ ਤੋਂ ਲੈਣ ਦੀ ਬਜਾਏ ਆਪਣੇ ਜਿਹੜੇ ਪੰਜਾਬੀ ਭਰਾ ਨੇ ਆਪਣੇ ਨੇ ਉਹਨਾਂ ਦੀ ਸਪੋਰਟ ਜ਼ਰੂਰ ਕਰਿਆ ਕਰੋ। ਹੋਰ ਅੰਕਲ ਜੀ, ਘਰ ਪਰਿਵਾਰ ਕਿੱਦਾਂ? ਠੀਕ ਠਾਕ? ਵਾਹਿਗੁਰੂ ਦੀ ਕਿਰਪਾ, ਸੱਚੇ ਪਾਤਸ਼ਾਹ ਬਾਬੇ ਨਾਨਕ ਦੇ। ਕਿੰਨੇ ਕੁ ਇਹ ਮਤਲਬ ਸਮੇਂ ਤੋਂ ਤੁਸੀਂ ਇਹ ਕੰਮ ਕਰਦੇ ਹੋ? 8 ਸਾਲ ਹੋ ਗਏ ਜੀ। ਅੱਛਾ, 8 ਸਾਲ ਹੋ ਗਏ। ਇੱਕ ਵਾਰ ਹੋਕਾ ਦੇ ਕੇ ਸਟਾਰਟਿੰਗ ਤੋਂ, ਇਹ ਹੋਕੇ ਦਾ ਲਹਿਜ਼ਾ ਮਤਲਬ ਇਹ ਸਿੱਖਿਆ ਕਿੱਥੋਂ ਤੁਸੀਂ ਜਾਂ ਕਦੋਂ ਤੋਂ ਇਹ ਜਿਹੜਾ ਹੇਕ ਲਾ ਕੇ ਹੋਕਾ ਦਿੰਦੇ ਹੋ? ਭਾਈ ਸਾਹਿਬ ਪਹਿਲੇ ਤਾਂ ਹੋਕਾ ਲਾਉਂਦੇ ਸੀ ਹੋਰ ਤਰ੍ਹਾਂ, ਮਤਲਬ ਹੁਣ ਸਟਾਈਲ ਜਾਣ ਕੇ ਵੱਖਰਾ, ਦੁਨੀਆਂ ਨੂੰ ਪਤਾ ਲੱਗੇ ਵੀ ਇਹ ਭਰਾ ਵਾ। ਅੱਛਾ, ਨਾਮ ਦੱਸੋ ਪਹਿਲਾਂ, ਤੁਹਾਡਾ ਨਾਮ ਕੀ ਹੈ ਜੀ? ਨਾਮ ਮੇਰਾ ਗਿੱਲ ਸਾਹਿਬ ਆ। ਅੱਛਾ, ਗਿੱਲ ਸਾਹਿਬ ਆ ਨਾ ਜੀ? ਹਾਂਜੀ, ਗਿੱਲ ਸਾਹਿਬ ਹੁੱਕਾ ਬੜਾ ਡਿਫਰੈਂਟ ਜਿਹਾ ਦਿੰਦੇ ਸਾਰਿਆਂ ਨਾਲ। ਹਾਂਜੀ, ਭੈਣਾਂ ਖੁਸ਼ ਹੋ ਜਾਂਦੀਆਂ, ਭਰਾ ਖੁਸ਼ ਹੋ ਜਾਂਦੀਆਂ ਵਾ, ਹੁੱਕਾ ਲਾ ਕੇ ਸੁਣਾ ਦਿੰਦੇ ਆ। ਅੱਛਾ ਜੀ, ਹੁੱਕਾ ਲਾ ਕੇ ਸੁਣਾ ਦਿਓ ਇੱਕ ਵਾਰ। ਆ ਗਿਆ ਜੀ ਆ ਗਿਆ ਸ਼ਾਹਕੋਟ ਤੋਂ ਗਿੱਲ ਸਾਹਿਬ ਸਾਗ ਲੈ ਕੇ ਆ ਗਿਆ, ਆ ਜਾਓ ਭੈਣੋ ਮੇਰਿਓ ਭਰਾ ਸਾਗ ਲੈ ਕੇ ਆ ਗਿਆ, ਮੇਥੇ ਮੇਥੀ ਮੇਰੇ ਚਾ ਦਾਨੀਆ ਸਾਗ, ਬਜ਼ੁਰਗ ਸਾਗ ਮਾਤਾ ਜੀ ਸਾਗ ਭੈਣ ਜੀ ਸਾਗ। ਆ ਗਿਆ ਜੀ ਆ ਗਿਆ ਸਾਗ ਵਾਲਾ ਵੀਰਾ, ਆ ਗਿਆ ਸਾਗ ਪਾਲਕ ਉਹ ਮੇਥੇ ਦਾਨੀਆ ਸਾਗ। ਭੈਣ ਵੀ ਬੋਲੇ ਵਾਹਿਗੁਰੂ, ਭਰਾ ਵੀ ਬੋਲੇ ਵਾਹਿਗੁਰੂ, ਵਾਹਿਗੁਰੂ ਜੀ ਵਾਹਿਗੁਰੂ। ਅੱਛਾ, ਇਹ ਇਹ ਹੁੱਕਾ ਦੇ ਕੇ ਕਿੱਦਾਂ ਬੀਬੀਆਂ ਫੇ ਆ ਜਾਂਦੀਆਂ? ਮੈਂ ਕਹਿੰਦਾ ਜੀ ਗਲੀ ਭਰ ਜਾਂਦੀ ਭਰਾ ਮੇਰਿਆ। ਅੱਛਾ, ਹਾਂਜੀ, ਇਹ ਹੁੱਕਾ ਬੜਾ ਡਿਫਰੈਂਟ ਜਿਹਾ ਹੈ ਨਾ, ਲੋਕੀ ਕਹਿੰਦੇ ਨੇ ਵੀ ਭਾਈ ਸਾਹਿਬ ਸਵੇਰੇ ਸਵੇਰੇ ਤੁਸੀਂ ਸਾਡਾ ਮਨੋਰੰਜਨ ਵੀ ਕਰਾ ਦਿੰਦੇ ਆ ਕੇ। ਹਾਂਜੀ ਹਾਂਜੀ ਭਾਜੀ। ਅੱਛਾ, ਖੁਸ਼ ਹੋ ਗਏ ਲੋਕ ਮਿਲਦੇ? ਖੁਸ਼ ਹੋ ਗਏ ਭਾਜੀ ਬਹੁਤ। ਕੋਈ ਪੰਪ ਦੇ ਆ ਜੀਓ ਦਾ ਨਵਾਂ ਪੰਪ ਵਾਲਾ ਹੁਣ ਚੱਲਿਆ ਵਾ। ਅੱਛਾ ਜੀ, ਉਹਨਾਂ ਨੇ ਗਰੁੱਪ ਦੇ ਵਿੱਚ ਫੋਟੋ ਪਾਈ ਆ ਮੇਰੀ, ਕੱਲ ਦੀ ਗੱਲ ਵਾ, ਤੇ ਉਹ ਮਤਲਬ ਕਹਿੰਦੇ ਤੇਰਾ ਫੈਨ ਆ ਅਸੀਂ। ਚਲੋ ਠੀਕ ਆ ਬ੍ਰਦਰ, ਤੁਸੀਂ ਫੈਨ ਆ। ਇੱਧਰ ਫੇ ਹੁਣ ਜਲੰਧਰ 'ਚ ਕਿਹੜੇ ਕਿਹੜੇ ਪਿੰਡਾਂ 'ਚ ਤੁਸੀਂ ਘੁੰਮਦੇ ਹੋ? ਸੰਸਾਰਪੁਰ ਆ ਜੀ, ਤੇ ਧੀਣਾ ਵਾ, ਤੇ ਸਭਾਨਾ ਵਾ। ਵਾਹਿਗੁਰੂ ਦੀ ਕਿਰਪਾ ਹੋ ਜਾਣੀ ਆ। ਤੇ ਜੇ ਤੁਹਾਨੂੰ ਕਿਸੇ ਨੇ ਮਿਲਣਾ ਹੋਵੇ, ਕਿੱਥੇ ਖੜਦੇ ਹੋ, ਤੁਹਾਡੇ ਤੋਂ ਸਾਗ ਲੈਣਾ ਹੋਵੇ, ਹੋਕੇ ਤੋਂ ਪ੍ਰਭਾਵਿਤ ਹੋ ਗਏ, ਮੰਨ ਲਓ ਤੁਹਾਡਾ ਹੁੱਕਾ ਵਧੀਆ ਲੱਗਦਾ ਹੈ ਨਾ, ਜੇ ਕਿਸੇ ਨੇ ਸਾਗ ਸੂਗ ਲੈਣਾ ਹੋਵੇ, ਕਿੱਥੇ ਮਿਲ ਸਕਦਾ ਤੁਹਾਨੂੰ? ਮਿਲ ਸਕਦਾ, ਮੈਂ ਆਪਦਾ ਤੁਹਾਨੂੰ ਨੰਬਰ ਬੋਲ ਦਿੰਦਾ। ਹਾਂ, ਨੰਬਰ ਇਹ 'ਚ ਦੱਸ ਦਿਓ ਤੁਸੀਂ। ਹਾਂਜੀ, 82 88 90 46 75। ਅੱਛਾ ਜੀ, ਦੁਬਾਰਾ ਇੱਕ ਵਾਰ ਰਿਪੀਟ ਕਰ ਦਿਓ। 82 88 90 46 75। ਅੱਛਾ ਜੀ, ਇਹ ਜਦੋਂ ਮਰਜ਼ੀ ਰਾਤ ਨੂੰ ਕਾਲ ਕਰੋ, ਸਵੇਰ ਨੂੰ ਸਾਗ ਆਊਗਾ। ਇਹ ਵੈਸੇ ਤਾਂ ਤੁਸੀਂ ਆ ਸਪੀਕਰ ਜਿਹਾ ਵੀ ਲਾਇਆ ਹੋਇਆ ਜਿਹੜਾ, ਮਤਲਬ ਕਿ ਯਾਰ ਆ ਰਿੰਗ ਟੂਨ ਆਪਦੀ ਲਾਉਣੀ ਪੈਂਦੀ ਆ। ਅੱਛਾ, ਇਹ ਚਲਾ ਕੇ ਦਿਖਾਇਓ, ਚੱਲਦਾ ਇਹ? ਚੱਲਦਾ ਭਾਜੀ, ਲਓ ਜੀ। ਸਾਗ ਲੈ ਕੇ ਆ ਗਿਆ ਮੇਥੇ ਦਾਨੀਆ ਸਾਗ, ਦਾਨੀਆ। ਅੱਛਾ, ਇਹ ਰਿਕਾਰਡ ਕਰਕੇ ਲਾਇਆ ਹੋਇਆ ਹੈ ਨਾ? ਹਾਂਜੀ, ਆਪਣੀ। ਆ ਗਿਆ ਜੀ ਆ ਗਿਆ ਸਾਗ ਵਾਲਾ ਵੀਰ, ਆ ਗਿਆ ਸਰੋਂ ਦਾ ਸਾਗ।
साग सरों दा साग मेथी धनिया ये सारा साल फिर तुसी साग ही बेचदे जां होर सब्जी भी हुंदी तुहाडे कोल हाड़ तो साफ बंद हो जाना सौन पा बाद तोरीये दा साग चलदा ये हाड़ तां ये सरों दा साग है तुहाडे कोल हुण जिहड़ा सरों दा साग आ भाजी मुड़ के सौन पा बाद तोरीया चल पैंदा अच्छा जी ये सारा साल ही साल साग बेचदे हो तुसी हां जी साल नूं मतलब बंद हो जांदा वा जदों अच्छा जी तो इत्थे फिर भइये लग पैंदे आ ਗਾਹਕ ਤਾਂ ਬਹੁਤ ਹੈ ਨਾ ਘਟ ਜਾਂਦੇ ਹੁਣ ਗਰਮੀਆਂ ਚ ਗਰਮੀਆਂ ਚ ਕਿੰਨਾ ਕਿਤੇ ਕੰਮ ਰਹਿੰਦਾ ਗਾਹਕ ਆ ਜੀ ਅੱਛਾ ਪੂਰਾ ਰਹਿੰਦਾ ਹੈ ਹਾਂਜੀ ਇੱਕ ਘੰਟੇ ਬਾਅਦ ਡੇਢ ਘੰਟੇ ਬਾਅਦ ਖਾਲੀ ਹੋ ਜਾਈਦਾ ਅੱਛਾ ਡੇਢ ਗੁਰੂ ਘਰੇ ਵੀ ਜਿੱਦਾਂ ਚਲੇ ਗਿਆ ਬਾਬੇ ਨਾਨਕ ਦੇ ਲੰਗਰ ਲਾਉਣਾ ਉੱਥੇ ਆਰਡਰ ਆ ਜਾਂਦੇ ਅੱਛਾ ਆਰਡਰ ਪੱਕਾ ਆ ਹੈ ਨਾ ਮਤਲਬ ਤੁਹਾਨੂੰ ਜੇ ਮੰਨ ਲਓ ਹੁਣ ਦਰਸ਼ਕੋ ਜਿੰਨੇ ਆਪਣੇ ਵੀਰ ਭਰਾ ਦੇਖ ਰਹੇ ਨੇ ਹੈ ਨਾ ਤੇ ਜੇ ਕਿਸੇ ਨੇ ਸਾਗ ਲੈਣਾ ਹੋਵੇ ਗਿੱਲ ਸਾਹਿਬ ਨਾਲ ਕੰਟੈਕਟ ਕਰ ਸਕਦੇ ਆ ਕਿਉਂਕਿ ਜ਼ਿਆਦਾਤਰ ਹੈ ਨਾ ਗਰਮੀਆਂ 'ਚ ਬਹੁਤ ਦਿੱਕਤ ਪਰੇਸ਼ਾਨੀ ਆਉਂਦੀ ਹੈ ਕਿਸੇ ਨੇ ਜੇ ਸਾਗ ਲੈਣਾ ਹੋਵੇ ਤਾਂ ਉਹ ਕਿਸੇ ਨਾਲ ਕੰਟੈਕਟ ਕਰਦੇ ਨੇ ਜਾਂ ਉਹਨਾਂ ਨੂੰ ਸ਼ਹਿਰ ਵੱਲ ਜਾਣਾ ਪੈਂਦਾ ਹੈ ਨਾ ਜੇ ਕਿਸੇ ਵੀ ਰੁੱਤ ਦੇ ਵਿੱਚ ਕਿਸੇ ਨੇ ਸਾਗ ਲੈਣਾ ਹੋਵੇ ਇਹਨਾਂ ਨਾਲ ਕੰਟੈਕਟ ਕਰ ਸਕਦਾ ਹੈ ਗਿੱਲ ਸਾਹਿਬ ਦੇ ਨਾਲ ਤੇ ਨਾਲ ਇੱਕ ਖਾਸ ਗੱਲ ਹੋਰ ਆ ਇਹਨਾਂ ਨੇ ਸੰਦੀਪ ਨੰਗਲ ਅੰਬੀਆਂ ਦਾ ਜਿਹੜਾ ਨਾਮ ਲਿਖਾਇਆ ਹੋਇਆ ਫੈਨ ਨੰਗਲ ਅੰਬੀਆਂ ਵਾਲੇ ਦਾ ਇਹ ਸੰਦੀਪ ਨੰਗਲ ਅੰਬੀਆਂ ਨਾਲ ਕਿੰਨਾ ਕੁ ਪਿਆਰ ਸੀਗਾ ਜੀ ਭਾਵੁਕ ਹੋ ਗਏ ਅੰਕਲ ਜੀ ਕਿੰਨਾ ਕੁ ਪਿਆਰ ਸੀਗਾ ਜੀ ਵੈਸੇ ਤਾਂ ਕਬੱਡੀ ਦਾ ਗਲੇਡੀਏਟਰ ਖਵਾਉਣ ਵਾਲਾ ਸੀਗਾ ਜੀ ਬਹੁਤ ਸ਼ਾਨ ਸੀਗੀ ਜੀ ਵੈਸੇ ਤੁਹਾਡੇ ਖੇਤਰ ਦੀ ਸ਼ਾਨ ਸੀਗੀ ਬਹੁਤ ਜ਼ਿਆਦਾ ਜੀ ਕੀ ਕਹੋਗੇ ਤੁਸੀਂ ਹੁਣ ਜਿਹੜਾ ਨਾਮ ਵੀ ਲਿਖਵਾਇਆ ਉਹਨਾਂ ਦਾ ਅੱਖਾਂ ਦੇਖ ਸਕਦੇ ਹੋ ਅੰਕਲ ਦੀਆਂ ਅੱਖਾਂ ਦੇ ਵਿੱਚੋਂ ਅੱਥਰੂ ਆ ਗਏ ਨੇ ਇੰਨਾ ਲਾਡ ਪਿਆਰ ਸੀਗਾ ਜੀ ਹੁਣ ਯਾਦ ਕਰਕੇ ਉਹਨਾਂ ਨੂੰ ਤੁਸੀਂ ਭਾਵੁਕ ਹੋ ਗਏ ਕਿਵੇਂ ਦੇਖਦੇ ਹੋ ਚੱਲਦੇ ਮੈਚ ਦੇ ਵਿੱਚ ਜਿਹੜਾ ਗੋਲੀਆਂ ਮਾਰ ਕੇ ਭੁੰਨ ਦਿੱਤਾ ਗਿਆ ਕਬੱਡੀ ਦਾ ਗਲੇਡੀਏਟਰ ਖਵਾਉਣ ਵਾਲਾ ਅੱਜ ਮੋਟਰਸਾਈਕਲ ਤੇ ਵੀ ਤੁਸੀਂ ਨਾਮ ਲਿਖਾਇਆ ਹੈ ਮੈਚ ਦੇਖਦੇ ਹੁੰਦੇ ਸੰਦੀਪ ਨੰਗਲ ਅੰਬੀਆਂ ਦਾ ਪੱਕਾ ਅੱਛਾ ਜੀ ਕਦੇ ਮਿਲੇ ਸੰਦੀਪ ਨੰਗਲ ਅੰਬੀਆਂ ਨੂੰ ਘਰ ਦੇ ਨਾਲ ਗਵਾਂਢ ਹੀ ਆ ਅੱਛਾ ਗਵਾਂਢ 'ਚ ਹੀ ਹੈ ਕਿਸ ਤਰੀਕੇ ਨਾਲ ਪੇਸ਼ ਹੁੰਦੇ ਸੀਗੇ ਜਦੋਂ ਮਿਲਦੇ ਹੁੰਦੇ ਸੀਗੇ ਤੁਹਾਨੂੰ ਬਹੁਤ ਵਧੀਆ ਅੱਛਾ ਜੀ ਤਾਂ ਅੰਕਲ ਜੀ ਦੇ ਅਥਰੂ ਦੇਖ ਸਕਦੇ ਹੋ ਅਥਰੂ ਬਿਆਨ ਕਰਦੇ ਨੇ ਪਿਆਰ ਅੰਕਲ ਜੀ ਮੂੰਹੋਂ ਨਹੀਂ ਬੋਲ ਰਹੇ ਤਾਂ ਸੰਦੀਪ ਨੰਗਲ ਅੰਬੀਆਂ ਦੇ ਕੱਟੜ ਫੈਨ ਆ ਇਹ ਉਹਨਾਂ ਬਾਰੇ ਗੱਲਬਾਤ ਕਰਨੀ ਚਾਹੀਦਾ ਅੰਕਲ ਭਾਵੁਕ ਹੋ ਗਏ ਕਿਵੇਂ ਦੇਖਦੇ ਹੋ ਜੀ ਅੰਕਲ ਜੀ ਜਿਵੇਂ ਹੁਣ ਹੈ ਨਾ ਗੋਲੀਆਂ ਨਾਲ ਭੁੰਨ ਦਿੱਤਾ ਗਿਆ ਸੰਦੀਪ ਨੰਗਲ ਅੰਬੀਆਂ ਨੂੰ ਚੱਲਦੇ ਮੈਚ ਦੌਰਾਨ ਬਹੁਤ ਸਾਰੇ ਫੈਨ ਸੀਗੇ ਉਹਨਾਂ ਦੇ ਬਹੁਤ ਸਾਰੇ ਲੋਕ ਪਿਆਰ ਕਰਦੇ ਸੀਗੇ ਉਹਨਾਂ ਨੂੰ ਤੁਸੀਂ ਵੀ ਬਹੁਤ ਪਿਆਰ ਹਾਲੇ ਵੀ ਕਰਦੇ ਹੋਵੋਗੇ ਹੈ ਨਾ ਜਿਵੇਂ ਤੁਹਾਡੇ ਅੱਖਾਂ ਦੇ ਵਿੱਚੋਂ ਅਥਰੂ ਨਿਕਲ ਰਹੇ ਨੇ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਜੀ ਇਹ ਤਾਂ ਭਾਅ ਜੀ ਹੁਣ ਕੀ ਕਹਿ ਸਕਦੇ ਆ ਇਹ ਤਾਂ ਵਾਹਿਗੁਰੂ ਨੂੰ ਪਤਾ ਜੀ ਉਹ ਮਤਲਬ ਅਮੀਰ ਗਰੀਬ ਨਾਲ ਮਤਲਬ ਕੋਈ ਫਰਕ ਨਹੀਂ ਸੀਗਾ ਕੋਈ ਕਹਾਣੀ ਕੋਈ ਕਿੱਸਾ ਹੋਵੇ ਜਦੋਂ ਤੁਸੀਂ ਕਿੱਸਾ ਮਤਲਬ ਉਹ ਗਰੀਬਾਂ ਨਾਲ ਜ਼ਿਆਦਾ ਪਿਆਰ ਕਰਦਾ ਹੈ ਕਦੇ ਸਾਗ ਖਾਧਾ ਤੁਹਾਡੇ ਤੋਂ ਗਿੱਲ ਸਾਹਿਬ ਦੇ ਹੱਥ ਦਾ ਸੰਦੀਪ ਨੰਗਲ ਅੰਬੀਆਂ ਨੇ ਸਾਗ ਖਾਧਾ ਹੋਵੇ ਅੱਛਾ ਕਿਵੇਂ ਮਿਲਦੇ ਹੁੰਦੇ ਸੀਗੇ ਜੱਫੀ ਪਾ ਕੇ ਐਂ ਗੱਲ ਉਹਨਾਂ ਨੂੰ ਫਰਕ ਨਹੀਂ ਸੀਗਾ ਕੋਈ ਵੀ ਵੀ ਇਹ ਗਰੀਬ ਘਰ ਦਾ ਲੜਕਾ ਵਾ ਨਹੀਂ ਇੱਦਾਂ ਬੜੀ ਯਾਦ ਆਉਂਦੀ ਹੋਊਗੀ ਹੈ ਨਾ ਜੀ ਬਹੁਤ ਵਧੀਆ ਬੰਦਾ ਹੈ ਤੁਹਾਡੇ ਸ਼ਾਹਕੋਟ ਏਰੀਏ ਦਾ ਨਹੀਂ ਪੂਰੇ ਪੰਜਾਬ ਦਾ ਨਹੀਂ ਪੂਰੇ ਭਾਰਤ ਦੇਸ਼ ਦਾ ਹਨਾ ਵਿਦੇਸ਼ਾਂ 'ਚ ਜਾ ਕੇ ਵੀ ਧੱਕ ਪਾਈ ਸੀਗੀ ਉਸ ਬੰਦੇ ਨੇ ਹਨਾ ਕਬੱਡੀ ਦਾ ਗਲੇਡੀਏਟਰ ਖਵਾਉਣ ਵਾਲਾ ਸੀਗਾ ਹਰ ਕੋਈ ਨਾਮ ਹੋਇਆ ਸੀਗਾ ਜਦੋਂ ਉੱਥੇ ਜਦੋਂ ਸੰਦੀਪ ਨੰਗਲ ਅੰਬੀਆਂ ਦਾ ਭੋਗ ਸੀਗਾ ਜਦੋਂ ਸੰਸਕਾਰ ਸੀਗਾ ਵੱਡੀ ਗਿਣਤੀ ਦੇ ਵਿੱਚ ਬਹੁਤ ਸਾਰੇ ਖਿਡਾਰੀ ਆਏ ਹਨਾ ਬਹੁਤ ਜੀ ਮਾਂ ਕਬੱਡੀ ਵੀ ਬਹੁਤ ਹੈ ਨਾ ਸਾਈਡ ਨੂੰ ਜਾ ਰਹੀ ਹੈ ਬਹੁਤ ਸਾਰੇ ਜਿਹੜੇ ਖਿਡਾਰੀ ਸੀਗੇ ਉਹ ਵੀ ਪਿਛਾਂਹ ਹਟ ਗਏ ਉਸ ਤਰ੍ਹਾਂ ਦੀ ਘਟਨਾ ਦੇਖ ਕੇ ਹਨਾ ਜੀ ਅੱਛਾ ਜੀ ਇੱਕ ਵਾਰ ਸਾਗ ਅੰਕਲ ਜੀ ਉੱਤਰ ਕੇ ਜ਼ਰੂਰ ਦਿਖਾ ਦਿਓ ਕਿਹੜਾ ਕਿਹੜਾ ਹੈਗਾ ਤੁਹਾਡੇ ਕੋਲ ਔਰ ਕੀ ਹੈਗਾ ਹੈ ਕੋਈ ਸਪਰੇ ਵਗੈਰਾ ਨੀ ਕਰਦੇ ਜ਼ਿਆਦਾਤਰ ਅੱਛਾ ਸ਼ੈੱਡ ਥੱਲੇ ਲੱਗਾ ਹੋਇਆ ਇਹ ਤੁਸੀਂ ਖੁਦ ਖੇਤੀ ਕਰਦੇ ਹੋ ਨਹੀਂ ਖੁਦ ਨਹੀਂ ਮਤਲਬ ਲੇਬਰ ਆ ਜਾਨੀ ਕਿ ਖਰੀਦ ਕਰਕੇ ਜਾਨੀ ਕਿ ਆਪਦਾ ਅੱਛਾ ਜ਼ਿਮੀਦਾਰ ਤੋਂ ਖਰੀਦ ਕੇ ਤੁਸੀਂ ਵਿੱਚ ਹੈ ਨਾ ਗਾਂ ਅੱਗੇ ਸੇਲ ਕਰਨ ਆਉਂਦੇ ਹੋ ਹਾਂਜੀ ਅੱਛਾ ਜੀ ਤੇ ਕਿੰਨੇ ਕੁ ਟਾਈਮ ਮਤਲਬ ਘੰਟੇ ਡੇਢ ਘੰਟੇ ਚ ਸਾਰਾ ਤੁਹਾਡਾ ਸੇਲ ਹੋ ਜਾਂਦਾ ਹਾਂਜੀ ਕਿਰਪਾ ਮਾਲਕ ਪੰਜਾਬੀ ਭਰਾ ਆਪਾਂ ਨੂੰ ਜ਼ਿਆਦਾਤਰ ਕਿੰਨੀ ਕੁ ਸਪੋਰਟ ਕਰਦੇ ਆ ਜੀ ਪੰਜਾਬੀ ਬਹੁਤ ਜ਼ਿਆਦਾ ਕਰਦੇ ਆ ਜੀ ਅੱਛਾ ਜੀ ਹਾਂ ਤੇ ਬੀਬੀਆਂ ਦੇ ਕਹਿੰਦੇ ਪਹਿਲੋ ਹੋ ਗਿਆ ਸਹਿਰੇ ਲਾਉਣ ਲੱਗ ਪੈਂਦੀ ਜਦੋਂ ਹੋਕਾ ਲਾਉਣਾ ਵਾ ਆ ਜਾਓ ਭੈਣੋ ਮੇਰੀ ਆ ਅੱਛਾ ਜੀ ਇੱਕ ਵਾਰ ਇਹ ਹੋਕਾ ਜ਼ਰੂਰ ਲਾ ਕੇ ਦਿਖਾ ਦਿਓ ਹੋਰ ਦਰਸ਼ਕ ਨਵੇਂ ਸਾਡੇ ਨਾਲ ਜੁੜੇ ਨੇ ਇਸ ਸਾਈਡ ਆ ਜਾਓ ਥੋੜਾ ਹੋਕਾ ਲਾ ਕੇ ਦਿਖਾਇਓ ਦੋਸਤੋ ਅੰਕਲ ਹੋਕਾ ਬਹੁਤ ਵਧੀਆ ਲਾਉਂਦੇ ਹਨਾ ਗਾਹਕ ਖਿੱਚਣ ਵਾਸਤੇ ਕਹਿੰਦੇ ਹਰ ਕਿਸੇ ਦੁਕਾਨਦਾਰ ਦਾ ਜਿਹੜਾ ਇੱਕ ਤਰੀਕਾ ਹੁੰਦਾ ਆਪਣੇ ਵੱਲ ਗਾਹਕਾਂ ਨੂੰ ਆਕਰਸ਼ਿਤ ਕਰਨ ਦਾ ਤੇ ਅੰਕਲ ਗਲੀ ਦੇ ਵਿੱਚ ਹੋਕਾ ਲਗਾ ਰਹੇ ਸੀ ਮੈਂ ਵੀ ਪ੍ਰਭਾਵਿਤ ਹੋ ਕੇ ਬਾਹਰ ਨਿਕਲਿਆ ਵੀ ਅੰਕਲ ਜੀ ਦਾ ਪਹਿਲਾਂ ਆਪਾਂ ਹੋਕਾ ਜ਼ਰੂਰ ਸੁਣੀਏ ਅੰਕਲ ਜੀ ਹੋਕਾ ਲਾ ਦਿਓ ਇੱਕ ਵਾਰ
आ गया जी आ गया साग वाला वीर आ गया, आजो भेनो मेरियो भरा साग लेके आ गया, मेथी धनिया साग आजो भेनो मेरियो भरा साग कुड़तो साग लेके आ गया, ओ मेथी धनिया साग भेन जी साग माता जी साग वाहे गुरु जी वाहे गुरु, भेन भी बोले वाहे गुरु भरा भी बोले वाहे गुरु, साग पालक मेथी धनिया साग। बिल्कुल जी अंकल जी, तुहानू पहला कोई गाउण गुण का भी शौक सीगा जां एदी कोई जां तुहाडियां मजबूरियां मार गईयां तुहानू? नहीं नहीं गाउण दा कोई शौक नहीं सीगा, बस मजबूरियां ही आ पाजी। मजबूरियां अंदरों हिक्कां कढ़ाउंदियां हैं, हिक्कां कढ़ाउंदियां। बिल्कुल अंकल जी, चलो मेहनत करनी चाहिए है, बाबे नानक का भी सिद्धांत है किरत करो नाम जपो वंड छको, है ना जी। आप जिनी देर आप मेहनत करते हैं ना आप किसी की गुलामी नहीं कर सकते, अपना कारोबार है बहुत वधिया, दिल खुश हुंदा जदों इदां पंजाबी भरा अपने काम करते हैं ना, तो साडे लोगों का भी फर्ज बनता है उन्होंने एप्रीशिएट करना, उन्होंने मतलब खुश देखना, आप भी खुश होना ना, अगले ने भी वधिया लगे, ठीक है ना जी। तो बहुत बहुत अंकल जी तुहाडा धन्नवाद समा देने लई, ते लास्ट दे विच एक बार अपना कॉन्टैक्ट नंबर जरूर दस दिओ, जिन्ने नवे भरा अपने जुड़े ने दर्शक जुड़े ने उन्होंने एक संपर्क नंबर दस दिओ, तां जो जी उन्होंने साग लैना होवे किसी भी समय तुहाडे नाल कॉन्टैक्ट कर सकन। जदों मर्जी शाम नूं फोन कर लैणा जी, 5 बजे तों पहलों जी, किते गुरुद्वारा होवे मंदिर होवे किते भी होवे कॉन्टैक्ट करके फ्रेश साग उत्थे उतार दांगे जी। जी जी नंबर ते दस दिओ अंकल जी अपना, 82-88-90-46-75। बहुत बहुत शुक्रिया अंकल जी समा देने लई। सो दर्शको ये संदीप दे नाल ही लागे पेंडा कन्या कला, अच्छा जी शाहकोट एरिया, शाहकोट एरिया जी। बहुत बहुत धन्यवाद अंकल जी। सो दर्शको ये सन साडे नाल अंकल जी गिल साहब, तां होका देण दा लहजा तुसीं देखिया किन्ना वधिया है, ते संदीप नंगल लंबियां नूं याद करके अंकल जी भावुक भी हो गए। तां अंकल जी तों जे किसी ने साग लैणा होवे जलंधर खेत्र दे विच जां किसी होर खेत्र दे विच भी साग लैणा होवे शाहकोट जाके अंकल जी नूं मिल सकदे ने, तां अंकल जी दा संपर्क नंबर ओह वी वीडियो दे विच दस दित्ता है, तां बहुत बहुत धन्यवाद बने रहने लई।